ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਅੱਜ ਪੂਰਾ ਦਿਨ ਪੰਜਾਬ ਦੇ ਵਿੱਚ ਸੋਹਣੀ ਧੁੱਪ ਨਿਕਲੀ ਆ, ਜਿਹੜੀ ਕਿ ਸੇਕਣ ਨੂੰ ਜੀ ਕਰਦਾ ਸੀ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਸਥਿਰ ਰਹਿਣਾ, ਰਾਤਾਂ ਅਤੇ ਸਵੇਰ ਇਸ ਤੋਂ ਵੀ ਠੰਡੀ ਹੋ ਜਾਣੀ ਆ। ਆਉਂਦੇ 48 ਘੰਟਿਆਂ ਦੇ ਵਿੱਚ ਧੁੰਦ ਅਤੇ ਕੋਰੇ ਦੀ ਚਾਦਰ ਆ ਜਿਹੜੀ ਉਹ ਹੋਰ ਪਸਰ ਜਾਣੀ ਆ, ਸੰਘਣੀ ਹੋ ਜਾਣੀ ਆ। ਅਤੇ ਪਹਾੜੀ ਖੇਤਰਾਂ ਦੇ ਵੱਲ ਮੌਸਮ ਆ ਜਿਹੜਾ ਉਹ ਬੜਾ ਖਰਾਬ ਚੱਲ ਰਿਹਾ, ਉਹਨੂੰ ਖਰਾਬ ਕਹਿ ਲਈਏ ਜਾਂ ਜਿਹੜੇ ਲੋਕਾਂ ਨੇ ਉੱਥੇ ਜਾ ਕੇ ਮਸਤੀ ਕਰਨੀ ਆ ਉਹ ਆਨੰਦਦਾਇਕ ਵੀ ਕਹਿੰਦੇ ਆ, ਕਿਉਂਕਿ ਕਈ ਥਾਵਾਂ ਦੇ ਉੱਤੇ ਬਰਫ਼ ਬੇਹੱਦ ਪੈ ਗਈ ਆ। ਪਰ ਖਰਾਬ ਤੋਂ ਭਾਵ ਇਹ ਆ ਕਿ ਕਈ ਥਾਵਾਂ ਦੇ ਉੱਤੇ ਮੀਂਹ ਰੁਕ ਰੁਕ ਕੇ ਪੈ ਰਿਹਾ, ਜਿਹਦੇ ਕਰਕੇ ਚਟਾਨਾਂ ਡਿੱਗ ਪਈਆਂ। ਉਹਨਾਂ ਚਟਾਨਾਂ ਦੇ ਡਿੱਗਣ ਦੇ ਕਰਕੇ ਲੋਕ ਰਾਹਾਂ ਦੇ ਵਿੱਚ ਫਸੇ ਹੋਏ ਆ। ਸੜਕਾਂ ਜਿਹੜੀਆਂ ਉਹ ਇਸ ਵਕਤ ਕਲੀਅਰ ਨਹੀਂ ਹੋ ਰਹੀਆਂ, ਸੜਕਾਂ ਤੋਂ ਮਲਬਾ ਨਹੀਂ ਚੁੱਕਿਆ ਜਾ ਰਿਹਾ, ਉਹ ਜਿਹੜੀਆਂ ਚਟਾਨਾਂ ਡਿੱਗੀਆਂ ਉਹਨਾਂ ਨੂੰ ਪਰੇ ਨਹੀਂ ਕੀਤਾ ਜਾ ਰਿਹਾ, ਜਿਹਦੇ ਕਰਕੇ ਖਾਸੀ ਪਰੇਸ਼ਾਨੀ ਉਹਨਾਂ ਲੋਕਾਂ ਨੂੰ ਪੇਸ਼ ਆ ਰਹੀ ਆ ਜਿਹੜੇ ਉੱਥੇ ਫਸੇ ਹੋਏ ਆ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ, ਪੰਜਾਬੀ ਸਾਰੇ ਨਹੀਂ ਮਾੜੇ, ਪਰ ਪੰਜਾਬੀਆਂ ਦਾ ਵੱਡਾ ਹਿੱਸਾ ਫੁਕਰਗਰਦੀ ਦਾ ਕਿਵੇਂ ਸ਼ਿਕਾਰ ਹੋਇਆ ਪਿਆ, ਇਹਦੇ ਬਾਬਤ ਹਰ ਰੋਜ਼ ਕਈ ਕਿਸਮ ਦੀਆਂ ਉਦਾਹਰਨਾਂ ਆਉਂਦੀਆਂ। ਹਾਲਾਂਕਿ ਅਸੀਂ ਵੀ ਪੰਜਾਬੀ ਹਾਂ ਅਤੇ ਬਹੁਤ ਸਾਰੇ ਪੰਜਾਬੀ ਇਹੋ ਜਿਹੇ ਆ ਜਿਹੜੇ ਸਾਦੀ ਜ਼ਿੰਦਗੀ ਬਸਰ ਕਰਦੇ ਆ, ਪਰ ਹੋਛੇਪਣ ਦੇ ਵਿੱਚ ਮਰਨ ਵਾਲੇ ਪੰਜਾਬੀਆਂ ਦੀ ਗਿਣਤੀ ਵੀ ਘੱਟ ਨਹੀਂ ਆ। ਲੰਬੜਦਾਰੀ ਫੋਕੀ ਜਾਂ ਪੂਛ ਦੇ ਚੱਕਰ ਦੇ ਵਿੱਚ ਜਾਂ ਅਖੌਤੀ ਸਰਦਾਰੀ ਦੇ ਚੱਕਰ ਦੇ ਵਿੱਚ ਜਾਂ ਕਹਿ ਦਈਏ ਅਖੌਤੀ ਬਹਾਦਰੀ ਅਤੇ ਅਖੌਤੀ ਅਣਖ ਦੇ ਚੱਕਰ ਦੇ ਵਿੱਚ ਅਸੀਂ ਹਰ ਰੋਜ਼ ਕਿਵੇਂ ਮਰਦੇ ਹਾਂ ਜਾਂ ਕਿਸੇ ਨੂੰ ਮਾਰਦੇ ਹਾਂ, ਉਹਦੀਆਂ ਉਦਾਹਰਨਾਂ ਜਦੋਂ ਅਸੀਂ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ, ਉਹਦੀਆਂ ਰਿਪੋਰਟਾਂ ਦੇ ਬਾਬਤ ਅਸੀਂ ਜਦੋਂ ਜਾਣਕਾਰੀ ਹਾਸਲ ਕਰਦੇ ਹਾਂ ਤਾਂ ਕਾਲਜੇ ਦਾ ਰੁੱਗ ਭਰ ਆਉਂਦਾ ਕਿ ਪੰਜਾਬੀਆਂ ਦੀ ਮਤ ਨੂੰ ਕੀ ਹੋ ਗਿਆ। ਅਸੀਂ ਤਾਂ ਇਹ ਸੋਚਦੇ ਹਾਂ ਕਿ ਪੰਜਾਬੀ ਸਾਦੀ ਜ਼ਿੰਦਗੀ ਵਾਲੇ ਆ, ਅਸੀਂ ਤਾਂ ਇਹ ਸੋਚਦੇ ਰਹੇ ਹਾਂ ਕਿ ਪੰਜਾਬੀ ਆ ਜਿਹੜੇ ਉਹ ਬਹੁਤ ਤਕੜੇ ਜਜ਼ਬੇ ਵਾਲੇ ਆ। ਪਰ ਅੱਜ ਦੀ ਤਰੀਕ ਦੇ ਵਿੱਚ ਦੋ ਕੁੱਟਾਂ ਲਾ ਕੇ ਕੋਈ ਵੀ ਕਿਸੇ ਦੇ ਗਲ 'ਚ ਹੱਥ ਪਾ ਲੈਂਦਾ, ਕੋਈ ਵੀ ਕਿਤੇ ਗੋਲੀ ਚਲਾ ਦਿੰਦਾ। ਵਿਆਹਾਂ ਸ਼ਾਦੀਆਂ ਦੇ ਮੌਕੇ ਦੇ ਉੱਤੇ ਜਾਂ ਹੋਰ ਖੁਸ਼ੀ ਦੇ ਮੌਕਿਆਂ ਦੇ ਉੱਤੇ ਗੋਲੀਆਂ ਚਲਾਉਣ ਵਾਲੇ ਪੰਜਾਬੀਆਂ ਦੀ ਘਾਟ ਨਹੀਂ ਆ। ਭਾਵੇਂ ਉਹਨਾਂ ਦੇ ਸਿਰ ਦੇ ਉੱਤੇ 10 ਲੱਖ ਰੁਪਈਏ ਦਾ ਕਰਜ਼ਾ ਹੋਵੇ, ਪਰ ਰੂੜੀ ਮਾਰਕਾ ਪੀ ਕੇ ਉਹ ਫੈਰ ਕਰਨ ਲੱਗੇ ਇੱਕ ਸਕਿੰਟ ਲਾਉਂਦੇ ਆ। ਉਹ ਨਹੀਂ ਸੋਚਦੇ ਕਿ ਇਹ ਗੋਲੀ ਕਿਸੇ ਦੇ ਵੱਜ ਜਾਣੀ ਆ, ਉਹ ਨਹੀਂ ਸੋਚਦੇ ਕਿ ਸਾਡਾ ਵੀ ਕੋਈ ਨੁਕਸਾਨ ਹੋ ਜਾਣਾ। ਜੇਕਰ ਕੋਈ ਮਰ ਗਿਆ ਅਤੇ ਉਸ ਤੋਂ ਬਾਅਦ ਜਿਹਨੂੰ ਜੇਲ੍ਹ ਜਾਣਾ ਪੈਂਦਾ ਉਹਦਾ ਸਾਰਾ ਟੱਬਰ ਨਾਲ ਮਰ ਜਾਂਦਾ, ਕਿਉਂਕਿ ਜਿਹੜੀ ਜ਼ਮੀਨ ਹੁੰਦੀ ਹੈ 4 ਸਿਆੜ ਉਹ ਸਾਰੀ ਦੀ ਸਾਰੀ ਵਿਕ ਜਾਂਦੀ ਹੈ। ਹੁਣ ਤਾਂ ਨਗਰ ਕੀਰਤਨਾਂ ਦੇ ਮੂਹਰੇ ਗੋਲੀਆਂ ਚੱਲਣ ਲੱਗ ਪਈਆਂ, ਹੁਣ ਅਰਦਾਸਾਂ ਕਰਨ ਦੇ ਮੌਕੇ ਜਕਾਰਾ ਲਾਉਣ ਦੇ ਮੌਕੇ ਗੋਲੀਆਂ ਚੱਲਣ ਲੱਗ ਪਈਆਂ। ਯਾਨੀ ਕਿ ਸਾਡਾ ਪੰਜਾਬੀਆਂ ਦਾ ਬਣੂਗਾ ਕੀ, ਅਸੀਂ ਬੌਧਕ ਪੱਖੋਂ ਕੰਗਾਲ ਕਿਹੜੀ ਗੱਲੋਂ ਹੋ ਗਏ ਹਾਂ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਪਰ ਕਿਉਂਕਿ ਅਸੀਂ ਬਹੁਤ ਥੋੜ੍ਹੇ ਚੇਤੇ ਵਾਲੇ ਹਾਂ, ਸਾਡੀ ਨਜ਼ਰ ਦੇ ਵਿੱਚ ਕੋਈ ਵੀ ਗੱਲ 2-4-5 ਹਫ਼ਤੇ ਰਹਿੰਦੀ ਹੈ, ਬਾਅਦ ਦੇ ਵਿੱਚ ਗੱਲ ਆਈ ਗਈ ਹੋ ਜਾਂਦੀ ਹੈ। ਪਿਛਲੇ ਦਿਨੀ ਅਸੀਂ ਖਬਰ ਸਾਂਝੀ ਕੀਤੀ ਮਸਤੇਵਾਲਾ ਪਿੰਡ ਦੀ, ਕੋਟੀਸੇ ਖਾਂ ਦੇ ਕੋਲ ਪਿੰਡ ਆ ਮੋਗਾ ਜ਼ਿਲ੍ਹੇ ਦੇ ਵਿੱਚ। ਇਸ ਪਿੰਡ ਦੇ ਵਿੱਚ ਆਪਾਂ ਸਾਰੇ ਜਾਣਦੇ ਵੀ ਡੀਜੇ ਚੱਲ ਰਿਹਾ ਸੀਗਾ ਵਿਆਹ ਦੇ ਮੌਕੇ, ਸ਼ਰਾਬੀਆਂ ਕਬਾਬੀਆਂ ਨੇ ਗੱਲ ਕਹੀ ਵੀ 10 ਵਜੇ ਤੋਂ ਬਾਅਦ ਵੀ ਡੀਜੇ ਚਲਾ। ਉਹਨੇ ਵਿਚਾਰੇ ਨੇ ਨਾ ਨੁੱਕਰ ਕੀਤੀ, ਉਹਨੇ ਫੈਰ ਕੀਤਾ, ਉਹਨੇ ਫੇਰ ਚਲਾਉਣਾ ਸ਼ੁਰੂ ਕਰਤਾ। ਜਦੋਂ 11:30 ਵੱਜ ਗਏ, ਉਹ ਡੀਜੇ ਚਲਾਉਣ ਵਾਲੇ ਨੇ ਕਿਹਾ ਜੀ ਕਿ ਹੁਣ ਮੇਰੀ ਬੱਸ ਆ, ਹੁਣ ਇਸ ਤੋਂ ਵੱਧ ਮੈਂ ਨਹੀਂ ਚਲਾ ਸਕਦਾ। ਪਰ ਉਸ ਤੋਂ ਬਾਅਦ ਭੜਕੇ ਹੋਏ ਗੁੱਸੇ ਦੇ ਵਿੱਚ ਆਏ ਹੋਏ ਸ਼ਰਾਬੀਆਂ ਨੇ, ਉੱਥੇ ਮੂਰਖ ਲੋਕਾਂ ਨੇ ਜਿਹੜੇ ਬਰਾਤੀ ਸੀ ਉਹਨਾਂ ਨੇ ਗੋਲੀਆਂ ਚਲਾਈਆਂ। ਇੱਕ ਗੋਲੀ ਆ ਜਿਹੜੀ 18 ਸਾਲ ਦੇ ਮੁੰਡੇ ਕਰਨ ਸਿੰਘ ਦੀ ਹਿੱਕ ਦੇ ਵਿੱਚ ਵੱਜ ਗਈ, ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਮੁੱਦਾ ਕਾਫੀ ਗਰਮ ਹੋਇਆ। ਅੱਜ ਖੰਨੇ ਦੇ ਵੱਲੋਂ ਖਬਰ ਆਈ ਹੈ, ਗਾਇਕ ਬੱਬੂ ਮਾਨ ਜਿਹਨੇ ਬਹੁਤ ਸਾਰੇ ਗੀਤ ਚੰਗੇ ਵੀ ਗਾਏ ਆ, ਪਰ ਕੁਝ ਕੁ ਗੀਤ ਉਹਦੇ ਇਹੋ ਜਿਹੇ ਵੀ ਆ ਕਿ ਚੱਕ ਲਓ ਰਿਵਾਲਵਰ, ਰਫਲਾਂ 'ਤੇ ਕਬਜ਼ਾ ਲੈਣਾ ਏ, ਅਤੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਉਹਨੇ ਕਈ ਵਾਰ ਕੀਤੀਆਂ ਜਿਹਦੇ ਉੱਤੇ ਕਿੰਤੂ ਹੁੰਦਾ, ਪਰ ਫਿਰ ਵੀ ਉਹਦੇ ਬਾਬਤ ਲੋਕ ਆ ਜਿਹੜੇ ਉਹਨਾਂ ਦੀ ਇੱਕ ਵੱਖਰੀ ਰਾਏ ਆ ਕਿ ਉਹਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਇਹ ਲੋਕਾਂ ਦੀ ਆਪਣੀ ਰਾਏ ਆ। ਪਰ ਬੱਬੂ ਮਾਨ ਦਾ ਅਖਾੜਾ ਸੀ ਖੰਨੇ ਦੇ ਵੱਲ, ਮੈਰਿਜ ਪੈਲਸ ਦੇ ਵਿੱਚ ਗਾਇਆ ਜਾ ਰਿਹਾ, ਉੱਥੇ ਕਿਸੇ ਨੇ ਗੋਲੀ ਚਲਾਈ ਆ ਜਿਹਦੇ ਕਰਕੇ ਇੱਕ ਵਿਅਕਤੀ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਆ। ਉੱਥੇ 2 ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਹਾਲਾਂਕਿ ਮੀਡੀਆ ਦੇ ਵਿੱਚ ਰਿਪੋਰਟਾਂ ਆ ਰਹੀਆਂ 2 ਮੌਤਾਂ ਹੋਈਆਂ, ਕੋਈ ਕਹਿ ਰਿਹਾ 1 ਮੌਤ ਹੋਈ, ਪਰ ਮੌਤ ਹੋਈ ਜ਼ਰੂਰ ਹੈ। ਉਸ ਤੋਂ ਬਾਅਦ ਪਤਾ ਲੱਗਾ ਕਿ ਬੱਬੂ ਮਾਨ ਉੱਥੋਂ ਚਲੇ ਗਏ ਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕਲਾਕਾਰਾਂ ਦੇ ਇੱਕ ਹਿੱਸੇ ਦੇ ਵੱਲੋਂ ਜਿਵੇਂ ਹਿੰਸਕ ਗੀਤ ਗਾਏ ਜਾ ਰਹੇ ਆ, ਜਿਵੇਂ ਨਸ਼ੇ ਦੇ ਗੀਤ ਗਾਏ ਜਾ ਰਹੇ ਆ, ਕਿਤੇ ਇਹਦਾ ਸੰਬੰਧ ਪੰਜਾਬ ਦੀ ਜਾਂ ਆਮ ਲੋਕਾਂ ਦੀ ਮੂਰਖਮਤੀ ਜਵਾਨੀ ਦੇ ਉੱਤੇ, ਹਾਲਾਂਕਿ ਸਾਰੀ ਜਵਾਨੀ ਗਲਤ ਨਹੀਂ, ਪਰ ਜਿਹੜੀ ਨਸ਼ੇ ਦੇ ਵਿੱਚ ਗਲਤਾਨ ਆ, ਜਿਹੜੇ ਮੌਕੇ ਦੇ ਉੱਤੇ ਦਾਰੂ ਸ਼ਾਰੂ ਪੀ ਕੇ ਅਤੇ ਉਸ ਵਕਤ ਬਹੁਤ ਵੱਡੇ ਡਾਊਨ ਖੁਦ ਨੂੰ ਮਹਿਸੂਸ ਕਰਦੇ ਆ, ਉਹਨਾਂ ਦੇ ਉੱਤੇ ਇਹ ਗਾਣੇ ਕਿਹੋ ਜਿਹਾ ਅਸਰ ਕਰਦੇ ਆ। ਬੱਬੂ ਮਾਨ ਨੂੰ ਅਸੀਂ ਇੱਕ ਸੰਜੀਦਾ ਗਾਇਕ ਮੰਨਦੇ ਹਾਂ। ਅਸੀਂ ਉਹਨਾਂ ਨੂੰ ਕਈ ਵਾਰ ਤਰਕ ਦਿੰਦੇ ਹੋਏ ਦੇਖਿਆ ਕਿ ਨਹੀਂ ਨਹੀਂ ਕੋਈ ਫਰਕ ਨਹੀਂ ਪੈਂਦਾ, ਗਾਏ ਤਾਂ ਐਵੇਂ ਸੱਭਿਆਚਾਰ ਦੀ ਮਧਾਣੀ ਪਾਈ ਬੈਠੇ ਆ, ਪਾਣੀ ਨੂੰ ਰੜਕਣ ਵਾਲੀ ਗੱਲ ਆ, ਇੱਦਾਂ ਨਹੀਂ ਹੋਣਾ ਚਾਹੀਦਾ। ਪਰ ਬੱਬੂ ਮਾਨ ਦੇ ਮਨ ਦੇ ਉੱਤੇ ਵੀ ਸ਼ਾਇਦ ਅੱਜ ਬੋਝ ਇਸ ਗੱਲ ਦਾ ਜ਼ਰੂਰ ਪਿਆ ਹੋਊਗਾ ਕਿ ਮੇਰੇ ਪ੍ਰੋਗਰਾਮ ਦੇ ਵਿੱਚ ਗੋਲੀ ਚੱਲੀ ਹੈ। ਹਾਲਾਂਕਿ ਬੱਬੂ ਮਾਨ ਨੇ ਨਹੀਂ ਕਿਹਾ ਸੀ ਕਿ ਗੋਲੀ ਚਲਾਓ, ਪਰ ਉਹਦੀ ਹਾਜ਼ਰੀ ਦੇ ਵਿੱਚ ਗੋਲੀ ਚੱਲੀ ਹੈ, ਜਿਹਦੇ ਕਰਕੇ ਉਹਦੇ ਮਨ ਦੇ ਉੱਤੇ ਇੱਕ ਬੋਝ ਤਾਂ ਇਹ ਰਹਿਣਾ ਕੁਦਰਤੀ ਹੈ, ਕਿਉਂਕਿ ਜਿਹਨੇ ਜਿਹਨੇ ਇਹ
ਖੰਨਾ ਦੇ ਵਿੱਚ ਕਸ਼ਮੀਰ ਗਾਰਡਨ ਪੈਲਸ ਦੇ ਵਿੱਚ ਵਿਆਹ ਸਮਾਗਮ ਦੇ ਮੌਕੇ ਗੋਲੀ ਚੱਲ ਗਈ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਗੋਲੀ ਚੱਲੀ ਉਸ ਵੇਲੇ ਬੱਬੂ ਮਾਨ ਦਾ ਅਖਾੜਾ ਲੱਗਾ ਹੋਇਆ ਸੀ। ਪੁਲਿਸ ਮੌਕੇ ਦੇ ਉੱਤੇ ਪਹੁੰਚ ਕੇ ਪੜਤਾਲ ਕਰ ਰਹੀ ਹੈ। ਗੋਲੀ ਚੱਲਣ ਕਰਕੇ ਹਾਹਾਕਾਰ ਮੱਚ ਗਈ। ਸ਼ਗਨਾਂ ਦੇ ਕੰਮ ਦੇ ਵਿੱਚ ਵਿਘਨ ਪੈ ਗਿਆ। ਪੈਲਸ ਦੇ ਵਿੱਚ ਖਮਾਣੋ ਦੇ NRI ਦੀ ਧੀ ਦਾ ਵਿਆਹ ਸੀ। ਉਸ ਨੇ ਹੀ ਪੈਲਸ ਬੁੱਕ ਕਰਵਾਇਆ ਸੀ ਜਿੱਥੇ ਬੱਬੂ ਮਾਨ ਦਾ ਅਖਾੜਾ ਲਵਾਇਆ ਹੋਇਆ ਸੀ। ਇਸੇ ਮੌਕੇ ਅਚਾਨਕ ਗੋਲੀ ਚੱਲ ਗਈ। ਪੈਲਸ ਦੇ ਮੈਨੇਜਰ ਨੇ ਕਿਹਾ ਕਿ ਉਹਨਾਂ ਸਿਰਫ ਪੈਲਸ ਕਿਰਾਏ ਦੇ ਉੱਤੇ ਦਿੱਤਾ। ਖਮਾਣੋ ਦੇ ਰਹਿਣ ਵਾਲੇ NRI ਪਰਿਵਾਰ ਨੇ ਪੈਲਸ ਬੁੱਕ ਕਰਵਾਇਆ ਸੀ। ਲੜਕੇ ਵਾਲੇ ਪਰਿਵਾਰ ਦਾ ਉਹਨਾਂ ਨੂੰ ਕੋਈ ਪਤਾ ਨਹੀਂ ਹੈ। ਦਰਅਸਲ ਸੰਗੀਤ ਸਮਾਗਮ ਦੌਰਾਨ ਅਚਾਨਕ ਗੋਲੀ ਚੱਲੀ ਹੈ। ਹਾਲਾਂਕਿ ਪੁਲਿਸ ਦੇ ਵੱਲੋਂ ਇਹ ਪੜਤਾਲ ਕੀਤੀ ਜਾ ਰਹੀ ਹੈ ਕਿ ਗੋਲੀ ਕਿਹੜੇ ਕਾਰਨਾਂ ਦੇ ਕਰਕੇ ਚਲਾਈ ਗਈ, ਗੋਲੀ ਚਲਾਉਣ ਵਾਲੇ ਕਿੰਨੇ ਲੋਕ ਸਨ ਅਤੇ ਇਸ ਮਸਲੇ ਦੇ ਉੱਤੇ ਹੁਣ ਆਉਂਦੇ ਦਿਨਾਂ ਦੇ ਵਿੱਚ ਪੁਲਿਸ ਦੇ ਵੱਲੋਂ ਮੁਕੰਮਲ ਜਾਣਕਾਰੀ ਨਸ਼ਰ ਕੀਤੀ ਜਾਵੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਪੰਜਾਬ ਦੇ ਵਿੱਚ ਹਰ ਵਰ੍ਹੇ ਦਰਜਨਾਂ ਲੋਕਾਂ ਦੀ ਮੌਤ ਵਿਆਹ ਜਾਂ ਹੋਰ ਖੁਸ਼ੀ ਦੇ ਸਮਾਗਮਾਂ ਦੇ ਮੌਕੇ ਇਸੇ ਤਰੀਕੇ ਨਾਲ ਜਿਵੇਂ ਅੱਜ ਮੌਤਾਂ ਹੋਈਆਂ ਉਵੇਂ ਗੋਲੀਆਂ ਚੱਲਣ ਦੇ ਕਰਕੇ ਹੁੰਦੀ ਹੈ। ਬਹੁਤ ਵਾਰ ਲੋਕ ਇਹ ਗੱਲ ਕਹਿੰਦੇ ਆ ਜੀ ਕਿ ਪ੍ਰਸ਼ਾਸਨ ਨੂੰ, ਸਰਕਾਰਾਂ ਨੂੰ ਇਸ ਮੁਤਲਕ ਕਾਰਵਾਈ ਕਰਨੀ ਚਾਹੀਦੀ ਹੈ, ਪਰ ਪ੍ਰਸ਼ਾਸਨ ਦੇ ਵੱਲੋਂ ਮੈਰਿਜ ਪੈਲਸਾਂ ਦੇ ਮਾਲਕਾਂ ਨੂੰ ਕਈ ਵਾਰ ਤਾੜਨਾ ਕੀਤੀ ਗਈ ਹੈ ਕਿ ਮੈਰਿਜ ਪੈਲਸਾਂ ਦੇ ਅੰਦਰ ਕੋਈ ਵੀ ਬੰਦੂਕ ਵਾਲਾ, ਕੋਈ ਵੀ ਹਥਿਆਰ ਵਾਲਾ ਵਿਅਕਤੀ ਨਹੀਂ ਜਾਣਾ ਚਾਹੀਦਾ। ਮੈਰਿਜ ਪੈਲਸਾਂ ਦੇ ਮਾਲਕਾਂ ਨੇ ਸਿਰਫ ਇੰਨਾ ਕੁ ਆਪਣਾ ਪੱਲਾ ਝਾੜਿਆ ਲਿਖ ਕੇ ਕਿ ਬਾਹਰ ਇੱਕ ਫੱਟਾ ਟੰਗਤਾ ਜਿਹਦੇ ਉੱਤੇ ਲਿਖਿਆ ਹੁੰਦਾ ਇੱਥੇ ਹਥਿਆਰ ਲੈ ਕੇ ਆਉਣਾ ਅੰਦਰ ਸਖ਼ਤ ਮਨਾ ਹੈ। ਪਰ ਪੰਜਾਬ ਦੇ ਲੋਕ ਜਾਂ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਹੋਰ ਲੋਕ ਇਹਨਾਂ ਗੱਲਾਂ ਦੇ ਉੱਤੇ ਕਿੱਥੇ ਗੌਰ ਫਰਮਾਈ ਕਰਦੇ ਆ? ਜਿਹੜੀ ਥਾਂ ਦੇ ਉੱਤੇ ਕਿਹਾ ਹੋਵੇ ਕਿ ਇੱਥੇ ਪਿਸ਼ਾਬ ਕਰਨਾ ਸਖ਼ਤ ਮਨਾ ਹੈ, ਸਾਡੇ ਭਾਈਚਾਰੇ ਦੇ ਲੋਕ ਸਭ ਤੋਂ ਵੱਧ ਪਿਸ਼ਾਬ ਉੱਥੇ ਹੀ ਕਰਦੇ ਆ, ਅਤੇ ਇੱਕ ਫੱਟਾ ਲਿਖ ਕੇ ਲਾਇਆ ਹੋਵੇ ਕਿ ਜੀ ਅੰਦਰ ਹਥਿਆਰ ਨਹੀਂ ਲੈ ਕੇ ਜਾਣਾ, ਤਾਂ ਇਹਦੇ ਬਾਬਤ ਕਿਵੇਂ ਅਸੀਂ ਸੋਚ ਸਕਦੇ ਹਾਂ ਕਿ ਬੰਦਾ ਉੱਥੇ ਹਥਿਆਰ ਲੈ ਕੇ ਨਹੀਂ ਜਾਊਗਾ? ਜਿਹੜੇ ਪਰਿਵਾਰਾਂ ਦੇ ਮੈਂਬਰ ਹੈ ਉਹਨਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਾਡੇ ਕਿਹੜੇ ਕਿਹੜੇ ਰਿਸ਼ਤੇਦਾਰ ਹੋਸ਼ੇ ਆ, ਸਾਡੇ ਕਿਹੜੇ ਕਿਹੜੇ ਰਿਸ਼ਤੇਦਾਰ ਚਾਰ ਕੁੱਟਾਂ ਲਾ ਕੇ ਖਿਲਰ ਜਾਂਦੇ ਆ। ਇਹ ਆਪਣੇ ਲਈ ਜ਼ਰੂਰੀ ਆ, ਆਪਣਾ ਵਿਆਹ ਜਿਹੜਾ ਖੁਸ਼ੀ ਦਾ ਮੌਕਾ ਮਾਤਮ ਦੇ ਵਿੱਚ ਨਾ ਤਬਦੀਲ ਹੋ ਜਾਵੇ, ਇਹਦੇ ਕਰਕੇ ਜਾਗਦੇ ਸਿਰ ਤੋਂ ਕੰਮ ਲੈਣ ਦੀ ਲੋੜ ਆ। ਮੈਂ ਪਿਛਲੇ ਦਿਨੀ ਇੱਕ ਕਾਰਡ ਪੜ੍ਹਿਆ, ਉਹਦੇ ਉੱਤੇ ਲਿਖਿਆ ਸੀ ਕਿ ਸਾਨੂੰ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ, ਅਤੇ ਇਹ ਆਸ਼ੀਰਵਾਦ ਬੰਦੂਕਾਂ ਦੇ ਨਾਲ ਨਹੀਂ ਹੋਣਾ ਚਾਹੀਦਾ। ਜੇਕਰ ਤੁਹਾਡੇ ਕੋਲ ਹਥਿਆਰ ਹੈ ਤਾਂ ਕਿਰਪਾ ਕਰਕੇ ਆਪਣੇ ਘਰ ਦੇ ਵਿੱਚ ਰੱਖ ਕੇ ਆਇਓ, ਸਾਡੇ ਵਿਆਹ ਦੇ ਵਿੱਚ ਹਥਿਆਰ ਸਮੇਤ ਆਉਣ ਦੀ ਕੋਈ ਵੀ ਜ਼ਰੂਰਤ ਨਹੀਂ, ਅਤੇ ਜੇਕਰ ਤੁਸੀਂ ਹਥਿਆਰ ਤੋਂ ਬਿਨਾਂ ਨਹੀਂ ਬਚਦੇ ਤਾਂ ਫਿਰ ਤੁਸੀਂ ਬਿਲਕੁਲ ਨਾ ਆਇਓ, ਅਸੀਂ ਤੁਹਾਡੇ ਬਿਨਾਂ ਸਾਰ ਲਵਾਂਗੇ। ਪਰ ਸਾਡੇ ਵਿੱਚੋਂ ਕਿੰਨੇ ਕੁ ਲੋਕ ਆ ਜਿਹੜੇ ਇਸ ਗੱਲ ਦੇ ਉੱਤੇ ਅਮਲ ਕਰਦੇ ਆ, ਕਿੰਨੇ ਕੁ ਲੋਕ ਆ ਜਿਹੜੇ ਇਸ ਤਰੀਕੇ ਦੇ ਨਾਲ ਵਿਆਹਾਂ ਦੇ ਕਾਰਡਾਂ ਦੇ ਉੱਤੇ ਸ਼ਬਦਾਵਲੀ ਵਰਤਦੇ ਆ? ਇਸ ਵਕਤ ਬਹੁਤ ਵੱਡੀ ਜ਼ਰੂਰਤ ਆ ਇਹ ਸਭ ਕੁਝ ਲਿਖਣ ਦੀ। ਸਾਡੇ ਆਪਣੇ ਚਾਚੇ, ਤਾਏ, ਭੂਆ, ਫੁੱਫੜ ਦੇ ਕੋਈ ਗਾਂਹ ਦੀ ਗਾਂਹ ਰਿਸ਼ਤੇਦਾਰ, ਸਾਡਾ ਜੀਜਾ, ਕੋਈ ਵੀ ਕੁਛ ਵੀ ਕਰ ਸਕਦਾ ਮੌਕੇ ਦੇ ਉੱਤੇ। ਜਦੋਂ ਗਾਣਾ ਉਹੋ ਜਿਹਾ ਚੱਲਦਾ ਹੁੰਦਾ ਕਿ ਬੰਦਾ ਮਾਰ ਦੇਣਾ ਅਤੇ ਐਂ ਕਰ ਦੇਣਾ, ਟੁੱਕ ਦੇਣਾ, ਅਤੇ ਜਦੋਂ ਹੱਥ ਦੇ ਵਿੱਚ ਬੰਦੂਕ ਵੀ ਹੋਵੇ ਅਤੇ ਚਾਰ ਕੁੱਟਾਂ ਲੱਗੀਆਂ ਵੀ ਹੋਣ, ਬੰਦਾ ਹਾਥੀ ਨੂੰ ਕੀੜੀ ਦੱਸਦਾ, ਜਿਵੇਂ ਕਿ ਅੱਜ ਦੱਸਿਆ ਗਿਆ। ਸੋ ਅੱਜ ਵਾਲੇ ਮਾਮਲੇ ਦੀ ਪੜਤਾਲ ਹੋਣੀ ਬਾਕੀ ਹੈ, ਪਰ ਇਸ ਮਸਲੇ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਜਾਗਦੇ ਸਿਰ ਤੋਂ ਕੰਮ ਲੈਣਾ ਚਾਹੀਦਾ। ਸੋਚਣਾ ਵਿਚਾਰਨਾ ਜ਼ਰੂਰ ਬਣਦਾ ਕਿ ਆਉਂਦੇ ਸਮੇਂ ਦੇ ਵਿੱਚ ਕਿਤੇ ਖੰਨੇ ਵਾਲੀ ਗੱਲ ਫੇਰ ਨਾ ਹੋ ਜੇ, ਆਉਂਦੇ ਸਮੇਂ ਦੇ ਵਿੱਚ ਕਿਤੇ ਮਸਤੇਆਣਾ ਪਿੰਡ ਵਾਲੀ ਗੱਲ ਫੇਰ ਨਾ ਹੋ ਜੇ। ਹੁਣ ਬੱਬੂ ਮਾਨ ਦੇ ਵੱਲੋਂ ਇਸ ਮਸਲੇ ਦੇ ਉੱਤੇ ਕੋਈ ਪ੍ਰਤੀਕਿਰਿਆ ਹਾਲ ਦੀ ਕੜੀ ਦਿੱਤੀ ਨਹੀਂ ਗਈ, ਪਰ ਮੈਨੂੰ ਇਉਂ ਜਾਪਦਾ ਕਿ ਬੱਬੂ ਮਾਨ, ਜਿਵੇਂ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਹੈ, ਉਹਨੇ ਵੀ ਕਈ ਹਿੰਸਕ ਗੀਤ ਗਾਏ ਆ, ਉਹਨੇ ਵੀ ਕੁਝ ਕੁ ਗੀਤਾਂ ਦੀ ਪੇਸ਼ਕਾਰੀ ਇਹੋ ਜਿਹੀ ਕੀਤੀ ਹੈ ਜਿਹੜੀ ਕਿ ਚੰਗੇ ਤੋਂ ਉਲਟ ਹੈ। ਹਾਲਾਂਕਿ ਚੱਲਦਾ ਸਭ ਕੁਝ ਹੀ ਹੈ, ਅਤੇ ਸਭ ਕੁਝ ਚੱਲਦੇ ਦੇ ਚੱਕਰ ਦੇ ਵਿੱਚ ਸਾਨੂੰ ਨਹੀਂ ਚੱਲਣਾ ਚਾਹੀਦਾ, ਇਸ ਵਹਿਣ ਦੇ ਵਿੱਚ ਬਿਲਕੁਲ ਨਹੀਂ ਵਹਿਣਾ ਚਾਹੀਦਾ। ਬੱਬੂ ਮਾਨ ਦੀ ਅੱਜ ਚੰਗੀ ਚੋਖੀ ਪਛਾਣ ਆ, ਪਰ ਅਤੀਤ ਦੇ ਵਿੱਚ ਉਹਨੇ ਕੁਝ ਕੁ ਗੀਤ ਇਹੋ ਜਿਹੇ ਗਾਏ ਆ ਜਿਹਦੇ ਕਰਕੇ ਕਿੰਤੂ ਸਮੇਂ ਦੇ ਉੱਤੇ ਹੁੰਦੀ ਰਹੀ ਹੈ। ਹਾਲਾਂਕਿ ਉਹਦੇ ਜਨੂੰਨੀ ਪ੍ਰਸ਼ੰਸਕਾਂ ਨੂੰ ਇਹ ਕਿੰਤੂ ਪਸੰਦ ਨਹੀਂ ਹੈ। ਬੱਬੂ ਮਾਨ ਨੇ ਇਹ ਗੋਲੀ ਖੁਦ ਨਹੀਂ ਚਲਵਾਈ, ਉਹਨੇ ਕਹਿ ਕੇ ਗੋਲੀ ਨਹੀਂ ਚਲਾਈ, ਇਹਦੇ ਵਿੱਚ ਇਹਦਾ ਕੋਈ ਕਸੂਰ ਨਹੀਂ ਮੰਨਿਆ ਜਾ ਸਕਦਾ, ਪਰ ਕਿਉਂਕਿ ਉਹਦਾ ਪ੍ਰੋਗਰਾਮ ਸੀ ਇਸ ਕਰਕੇ ਉਸ ਪ੍ਰੋਗਰਾਮ ਦੀ ਗੱਲ ਹੈ ਜਿਹੜੀ ਉਹ ਵੱਡੇ ਪੱਧਰ ਦੇ ਉੱਤੇ ਛਿੜੀ ਹੈ। ਮੈਨੂੰ ਆਸ ਹੈ ਇਸ ਗੱਲ ਦੀ ਕਿ ਇਸ ਅੱਜ ਵਾਲੀ ਘਟਨਾ ਤੋਂ ਬਾਅਦ ਪੰਜਾਬ ਦੇ ਕਲਾਕਾਰ ਜੇਕਰ ਸਿਰ ਤੋਂ ਸੱਖਣੇ ਨਾ ਹੋਏ ਤਾਂ ਉਹ ਜ਼ਰੂਰ ਸੋਚਣਗੇ ਕਿ ਸਾਨੂੰ ਇਦਾਂ ਦਾ ਕੁਝ ਨਹੀਂ ਗਾਉਣਾ ਚਾਹੀਦਾ ਜਿਹਦੇ ਕਰਕੇ ਲੋਕ ਮੱਛਰ ਜਾਣ, ਜਿਹਦੇ ਕਰਕੇ ਲੋਕ ਭੜਕ ਜਾਣ। ਸਾਡੀ ਪੰਜਾਬ ਦੀ ਜਵਾਨੀ ਪਹਿਲਾਂ ਬਹੁਤ ਭੜਕੀ ਹੋਈ ਹੈ, ਗੁੰਮਰਾਹ ਹੋਈ ਪਈ ਹੈ। ਅਸੀਂ ਉਹਨਾਂ ਨੂੰ ਕਹਿੰਦੇ ਜੀ ਚੱਕ ਦਿਓ ਫੱਟੇ ਮਾਰ ਦਿਆਂਗੇ, ਵੱਢ ਦਿਆਂਗੇ, ਸਾਡੀ DC ਤੱਕ ਪਹੁੰਚਾ, ਸਾਨੂੰ ਤਾਂ SSP ਸਲੂਟ ਮਾਰਨਾ, ਸਾਨੂੰ ਤਾਂ ਆਹ ਕਰਦੇ, ਸਾਨੂੰ ਤਾਂ ਉਹ ਕਰਦੇ ਆ, ਕੁਝ ਸੋਚਣਾ ਵਿਚਾਰਨਾ ਬਣਦਾ। ਫਿਰ ਕਦੇ ਕਦੇ ਮੈਂ ਇਹ ਸੋਚਦਾ ਵੀ ਪੰਜਾਬੀ ਜਿਹੜੀ ਵੀ ਦੁਨੀਆ ਦੇ ਹਿੱਸੇ ਦੇ ਵਿੱਚ ਗਏ ਆ ਉਹਨਾਂ ਨੇ ਇੱਕ ਨਵਾਂ ਪੰਜਾਬ ਵਸਾਇਆ, ਅਤੇ ਜਿਹੜੇ ਵੀ ਹਿੱਸੇ ਦੇ ਵਿੱਚ ਗਏ ਆ ਉੱਥੇ ਇਹਨਾਂ ਨੇ ਠਾਠੂ ਇੱਦਾਂ ਕੀਤੀ ਹੈ, ਜਾਂ ਇਹਨਾਂ ਦੇ ਵੱਲੋਂ ਕੁਝ ਨਾ ਕੁਝ ਉੱਥੇ ਛਿੱਤਰ ਪੌਲੇ ਵਾਲਾ ਕੰਮ ਕੀਤਾ ਗਿਆ, ਜਿਵੇਂ ਕਿ ਪਿਛਲੇ ਕੁਝ ਕੁ ਸਮੇਂ ਤੋਂ ਕਈ ਥਾਵਾਂ ਤੋਂ ਖਬਰਾਂ ਆ ਰਹੀਆਂ, ਮਾੜੀ ਗੱਲ ਹੈ। ਸਾਨੂੰ ਨਵਾਂ ਪੰਜਾਬ ਵਸਾਉਣ ਦੇ ਮੌਕੇ ਵੀ ਸਿਰ ਤੋਂ ਕੰਮ ਲੈਣਾ ਚਾਹੀਦਾ, ਜਿਹੜਾ ਇੱਥੇ ਪਹਿਲਾਂ ਹੀ ਵਸਿਆ ਹੋਇਆ, ਗੁਰੂਆਂ ਪੀਰਾਂ ਦਾ ਵਸਾਇਆ ਹੋਇਆ, ਇਹਦੇ ਲਈ ਵੀ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ, ਮਨੁੱਖ ਹੋਣ ਦਾ ਫਰਜ਼ ਅਦਾ ਕਰਨਾ ਬਣਦਾ। ਫਿਰ ਮੈਂ ਕਦੇ ਕਦੇ ਇਹ ਵੀ ਗੱਲ ਸੋਚਦਾ ਕਿ
ਪੰਜਾਬੀਆਂ ਨੂੰ ਪਤਾ ਹੀ ਨਹੀਂ ਲੱਗਦਾ ਦਾਰੂ ਪੀ ਕੇ ਵੀ ਅਸੀਂ ਕਿਹੜੇ ਸੂਬੇ ਦੇ ਵਿੱਚ ਰਹਿੰਦੇ ਹਾਂ, ਕਿਹੜੀ ਧਰਤੀ ਦੇ ਉੱਤੇ ਰਹਿ ਰਹੇ ਹਾਂ, ਅਸੀਂ ਯੁਗਾਂਡਾ ਦੇ ਵਿੱਚ ਹਾਂ ਜਾਂ ਅਸੀਂ ਪੰਜਾਬ ਦੇ ਵਿੱਚ ਹਾਂ। ਸੋਚਣਾ ਵਿਚਾਰਨਾ ਬਣਦਾ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸੱਭਿਅਕ ਸਮਝਿਆ ਜਾਵੇ ਤਾਂ ਫਿਰ ਸਾਨੂੰ ਸੱਭਿਅਕ ਇਨਸਾਨ ਹੋਣ ਦਾ ਫਰਜ਼ ਵੀ ਅਦਾ ਕਰਨਾ ਚਾਹੀਦਾ। ਸਾਨੂੰ ਸੱਭਿਅਕ ਹੋਣ ਦੇ ਲਈ ਬਹੁਤ ਲੰਮਾ ਚੌੜਾ ਪਾਠ ਪੜ੍ਹਨ ਦੀ ਲੋੜ ਹੈ ਜਿਹੜਾ ਕਿ ਅਸੀਂ ਹਾਲੇ ਤੱਕ ਪੜ੍ਹਿਆ ਨਹੀਂ, ਪਰ ਕਈ ਲੋਕ ਸਿਆਣੇ ਵੀ ਆ ਅਤੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਇਹੋ ਜਿਹੇ ਆ। ਆਪਣੇ ਆਲੇ ਦੁਆਲੇ ਝਾਤ ਮਾਰ ਕੇ ਦੇਖ ਲੈਣੀ ਚਾਹੀਦੀ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣੇ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਖਾਸੇ ਖੁਸ਼ ਸੀ। ਉਹਨਾਂ ਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਕੇਂਦਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਲ ਮੁਲਾਕਾਤ ਹੋਈ ਹੈ। ਉਹ ਬਾਗੋ ਬਾਗ ਆ ਕਿ ਪੰਜਾਬ ਨੂੰ ਕੋਈ ਪੈਕੇਜ ਮਿਲੂਗਾ, ਹੁਣ ਕੋਈ ਨਾ ਕੋਈ ਫੰਡ ਮਿਲ ਜਾਣਾ ਜਿਹਦੇ ਕਰਕੇ ਪੌਂ ਬਾਰਾਂ ਹੋ ਜਾਣੀਆਂ ਅਤੇ ਹੱਥ ਜਿਹੜਾ ਇਸ ਵਕਤ ਤੰਗ ਚੱਲ ਰਿਹਾ ਇਹ ਹੱਥ ਜਿਹੜਾ ਥੋੜ੍ਹਾ ਜਿਹਾ ਖੁੱਲ੍ਹਾ ਹੋ ਜਾਣਾ, ਕੁਛ ਰੈਲ ਜੀ ਆ ਜਾਣੀ ਹੈ ਹੱਥ ਦੇ ਵਿੱਚ ਅਤੇ ਚੰਗਾ ਲੱਗੂਗਾ ਜੇਕਰ ਲੋਕਾਂ ਦੇ ਵੱਲੋਂ ਵਿਰੋਧ ਕਰਨਾ ਬੰਦ ਕਰ ਦਿੱਤਾ ਗਿਆ ਤਾਂ। ਅੱਜ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਮਿਲ ਕੇ ਨਿਰਮਲਾ ਸੀਤਾਰਮਨ ਨੂੰ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਜੀ ਸਾਨੂੰ ਕਿਹਾ ਵੀ ਅਸੀਂ ਤੁਹਾਨੂੰ ਪੈਕੇਜ ਦੇਵਾਂਗੇ, ਅਸੀਂ ਤੁਹਾਨੂੰ ਫੰਡ ਜਾਰੀ ਕਰਾਂਗੇ। ਵੱਖ ਵੱਖ ਸੂਬਿਆਂ ਦੇ ਵਿੱਤ ਮੰਤਰੀਆਂ ਦੀ ਅੱਜ ਕੇਂਦਰੀ ਵਿੱਤ ਮੰਤਰੀ ਦੇ ਨਾਲ ਮੁਲਾਕਾਤ ਸੀ, ਮੀਟਿੰਗ ਦਾ ਵਕਤ ਸੀਗਾ। ਇਸ ਮੌਕੇ ਦੇ ਉੱਤੇ ਉਹਨਾਂ ਨੇ ਵੱਖ ਵੱਖ ਮਸਲੇ ਸੁਣੇ ਆ ਵੱਖ ਵੱਖ ਸੂਬਿਆਂ ਦੇ। ਸੋ ਚੰਗੀ ਗੱਲ ਹੈ ਜੇਕਰ ਕੇਂਦਰ ਦੇ ਵੱਲੋਂ ਪੰਜਾਬ ਸੂਬੇ ਨੂੰ ਕੋਈ ਫੰਡ ਜਾਰੀ ਕੀਤਾ ਜਾਵੇ, ਪੰਜਾਬ ਦੀ ਝੋਲੀ ਦੇ ਵਿੱਚ ਕੁਝ ਪਾਇਆ ਜਾਵੇ। ਇਸ ਵਕਤ ਤਾਂ ਅਸੀਂ ਇਸ ਸਥਿਤੀ ਦੇ ਵਿੱਚ ਹਾਂ ਵੀ ਖੈਰ ਹੀ ਮੰਗ ਸਕਦੇ ਹਾਂ, ਅਸੀਂ ਭੀਖ ਹੀ ਮੰਗ ਸਕਦੇ ਹਾਂ ਵੀ ਸਾਡੀ ਝੋਲੀ ਦੇ ਵਿੱਚ ਕੁਝ ਤਾਂ ਪਾਓ ਸਹੀ। ਪਰ ਦੂਜਾ ਪਾਸਾ ਇਹ ਵੀ ਹੈ ਵੀ ਜਿਹੋ ਜਿਹਾ ਹਾਲ ਆਰਥਿਕਤਾ ਦੇ ਮਾਮਲੇ ਵਿੱਚ ਪੰਜਾਬ ਦਾ ਸੁਣੀਂਦਾ, ਇਹੋ ਜਿਹਾ ਕੇਂਦਰ ਦਾ ਵੀ ਸੁਣੀਂਦਾ। ਕਿਉਂਕਿ ਭਾਰਤ ਦੇ ਵਿੱਚ ਆਪਾਂ ਜਾਣਦੇ ਹਾਂ ਵੀ ਆਰਥਿਕ ਮੰਦਵਾੜਾ ਕਿਵੇਂ ਛਾਇਆ ਹੋਇਆ। ਹੁਣ ਤਾਂ ਲੋਕਾਂ ਨੇ ਵੀ ਗੱਲਾਂ ਬਣਾ ਲਈਆਂ ਵੀ ਸਾਡੇ ਗੰਢੇ ਨੇ ਇਸ ਵਕਤ ਅਮਰੀਕੀ ਡਾਲਰ ਦੇ ਨਾਲੋਂ ਵੱਧ ਮਜ਼ਬੂਤੀ ਹਾਸਲ ਕਰ ਲਈ ਆ, ਅਮਰੀਕੀ ਡਾਲਰ ਫੇਲ ਕਰਤਾ। ਕਿਉਂਕਿ ਗੰਢੇ 100 ਰੁਪਈਏ ਕਿਲੋ ਆ ਅਤੇ ਡਾਲਰ ਆ ਜਿਹੜਾ ਉਹ ਕਾਫੀ ਥੱਲੇ ਕੀਮਤ ਦਾ ਅਮਰੀਕੀ ਡਾਲਰ। ਸੋ ਇਹੋ ਜਿਹੀਆਂ ਗੱਲਾਂ ਬਣੀਆਂ ਹੋਈਆਂ। ਸੋ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਜਿਹੜੀ ਖੁਸ਼ੀ ਮਿਲੀ ਹੈ ਇਹ ਸਥਾਈ ਖੁਸ਼ੀ ਹੈ ਜਾਂ ਇਹ ਥੋੜ੍ਹ ਚਿਰੀ ਹੈ ਤਾਂ ਵਕਤ ਦੱਸੂਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਿਲਣ ਤੋਂ ਬਾਅਦ ਖੁਸ਼ ਨਜ਼ਰ ਆਏ ਨੇ। ਉਹਨਾਂ ਨੇ ਕਿਹਾ ਕਿ ਸੀਤਾਰਮਨ ਨੇ ਫੰਡ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ, ਇਸ ਲਈ ਛੇਤੀ ਹੀ ਪੰਜਾਬ ਦੀ ਬਕਾਇਆ ਰਾਸ਼ੀ ਜਾਰੀ ਹੋ ਜਾਏਗੀ। ਉਹਨਾਂ ਨੇ ਕਿਹਾ ਕਿ ਪੰਜਾਬ ਦਾ 2100 ਕਰੋੜ ਰੁਪਈਆ ਕੇਂਦਰ ਦੇ ਵੱਲ ਬਕਾਇਆ ਪਿਆ, ਇਹ ਰਾਸ਼ੀ ਜਾਰੀ ਨਾ ਹੋਣ ਕਰਕੇ ਵਿਕਾਸ ਕਾਰਜ ਰੁਕੇ ਪਏ ਨੇ। ਪੰਜਾਬ ਸਰਕਾਰ ਵੱਲੋਂ ਅੱਜ ਕੇਂਦਰ ਸਰਕਾਰ ਨੂੰ ਬਕਾਇਆ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਗਈ। ਨਿਰਮਲਾ ਸੀਤਾਰਮਨ ਨੇ ਭਰੋਸਾ ਦਿੱਤਾ ਕਿ ਫੰਡ ਜਾਰੀ ਕਰ ਦਿੱਤੇ ਜਾਣਗੇ ਅਤੇ ਸੀਤਾਰਮਨ ਨਾਲ ਮੁਲਾਕਾਤ ਕਰਨ ਦੇ ਲਈ ਮਨਪ੍ਰੀਤ ਬਾਦਲ ਤੋਂ ਇਲਾਵਾ ਕਈ ਹੋਰ ਸੂਬਿਆਂ ਦੇ ਵਿੱਤ ਮੰਤਰੀ ਵੀ ਪਹੁੰਚੇ ਸਨ। ਦੱਸਣਾ ਬਣਦਾ ਕਿ ਪੰਜਾਬ ਸਰਕਾਰ ਇਸ ਵਕਤ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਸਰਕਾਰ ਦੇ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਪੈਸਾ ਬਾਕੀ ਨਹੀਂ ਬਚਿਆ। ਮੁਲਾਜ਼ਮਾਂ ਦੇ ਗੁੱਸੇ ਨੂੰ ਵੇਖਦਿਆਂ ਸਰਕਾਰ ਪੈਸੇ ਦਾ ਜੁਗਾੜ ਕਰਨ ਲੱਗੀ ਹੈ। ਇਸ ਮੁੱਦੇ ਨੂੰ ਲੈ ਕੇ ਮਨਪ੍ਰੀਤ ਬਾਦਲ ਨੇ ਲੰਘੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਲੰਮੀ ਮੀਟਿੰਗ ਵੀ ਕੀਤੀ ਸੀ। ਇਸ ਖਬਰ 'ਤੇ ਟਿੱਪਣੀ ਕਰਦਿਆਂ ਪਹਿਲੀ ਗੱਲ ਤਾਂ ਦੋਸਤੋ ਅਸੀਂ ਕਹਾਂਗੇ ਮਨਪ੍ਰੀਤ ਸਿੰਘ ਬਾਦਲ ਹੋਰੀ ਆਪਣੀ ਥਾਂ ਦੇ ਉੱਤੇ ਸਹੀ ਹੈ, ਕਿਉਂਕਿ ਕੇਂਦਰ ਦੇ ਕੋਲੋਂ ਜੇਕਰ ਖੈਰ ਮਿਲ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਜੋ ਇਸ ਵਕਤ ਉਥਲ ਪੁਥਲ ਜੀ ਮੱਚੀ ਹੋਈ ਹੈ, ਕਿਉਂਕਿ ਹਰ ਵਰਗ ਇਸ ਵਕਤ ਹਾਹਾਕਾਰ ਮਚਾ ਰਿਹਾ। ਮਜਬੂਰੀ ਦੇ ਵਿੱਚ ਕਿਸੇ ਨੂੰ ਕੋਈ ਸ਼ੌਕ ਨਹੀਂ ਸੜਕਾਂ ਦੇ ਉੱਤੇ ਆਉਣ ਦਾ, ਜਾਂ ਉਹ ਠੰਡੀਆਂ ਰਾਤਾਂ ਦੇ ਵਿੱਚ ਸੜਕਾਂ ਦੇ ਉੱਤੇ ਬੈਠੇ ਅਤੇ ਪ੍ਰਦਰਸ਼ਨ ਕਰੇ। ਪਰ ਇਹ ਜੇਕਰ ਕੇਂਦਰ ਦੇ ਵੱਲੋਂ ਕੁਝ ਨਹੀਂ ਦਿੱਤਾ ਜਾਂਦਾ ਤਾਂ ਪੰਜਾਬ ਦਾ ਮਾੜਾ ਹਾਲ ਆਰਥਿਕ ਪੱਖੋਂ ਹੋਰ ਵੀ ਹੋ ਜਾਣਾ। ਖਬਰਾਂ ਇਹ ਵੀ ਆ ਰਹੀਆਂ ਕਿ ਪੰਜਾਬ ਸਰਕਾਰ ਸ਼ਾਮਲਾਟ ਦੀਆਂ ਜ਼ਮੀਨਾਂ ਵੇਚਣ ਨੂੰ ਕਾਹਲੀ ਹੈ, ਵੀ ਚਲੋ ਕੁਝ ਤਾਂ ਹੱਥ ਦੇ ਵਿੱਚ ਆਵੇ। ਅੱਜ ਇਸ ਮਸਲੇ ਦੇ ਉੱਤੇ ਵੀ ਆਮ ਆਦਮੀ ਪਾਰਟੀ ਨੇ ਸਵਾਲ ਖੜ੍ਹਾ ਕੀਤਾ। ਉਹਨਾਂ ਨੇ ਕਿਹਾ ਜੀ ਕਿ ਸੰਬੰਧਿਤ ਪਿੰਡ ਦੀ ਪੰਚਾਇਤ ਦੀ ਸਹਿਮਤੀ ਤੋਂ ਬਾਅਦ, ਪਿੰਡ ਦੇ ਲੋਕਾਂ ਦੀ ਸਹਿਮਤੀ ਤੋਂ ਬਾਅਦ ਉਸ ਪਿੰਡ ਦੀ ਸ਼ਾਮਲਾਟ ਦੀ ਜ਼ਮੀਨ ਆ ਜਿਹੜੀ ਉਹ ਵਰਤੀ ਜਾਣੀ ਚਾਹੀਦੀ ਆ। ਇਹ ਨਾ ਹੋਵੇ ਕਿ ਤੁਹਾਡੇ ਆਪਣੇ ਸਰਪੰਚ ਆ ਆਪਣੀਆਂ ਪੰਚਾਇਤਾਂ ਜਦੋਂ ਮਰਜ਼ੀ ਦੀ ਜ਼ਮੀਨ ਵੇਚ ਦਿਓ ਅਤੇ ਫਿਰ ਕਹੋ ਜੀ ਕੋਈ ਗੱਲ ਨਹੀਂ ਉਦਯੋਗ ਇਕਾਈਆਂ ਲਾਵਾਂਗੇ ਆਪਾਂ ਇੱਥੇ, ਇਹਦਾ ਨਹੀਂ ਹੋਣਾ ਚਾਹੀਦਾ। ਪਰ ਇੱਕ ਪੱਖ ਇਹਦਾ ਹੋਰ ਵੀ ਆ ਕਿ ਜਿਨ੍ਹਾਂ ਦੇ ਕੋਲ ਜਾ ਕੇ ਅੱਜ ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਦੁੱਖੜਾ ਸਾਂਝਾ ਕੀਤਾ ਵੀ ਪੰਜਾਬ ਨੂੰ ਕੁਝ ਨਾ ਕੁਝ ਦਿਓ, ਉਹਨਾਂ ਦੀ ਆਪਣੀ ਸਥਿਤੀ ਕਿਹੋ ਜਿਹੀ ਹੈ। ਲੋਕ ਸਭਾ ਦੇ ਵਿੱਚ ਸੁਬਰਾਮਨੀਅਮ ਸਵਾਮੀ ਆ ਜਿਹੜੇ ਰਾਜ ਸਭਾ ਦੇ ਵਿੱਚ, ਉਹਨਾਂ ਨੇ ਕਈ ਵਾਰ ਹੁਣ ਤੱਕ ਮੁੱਦਾ ਚੁੱਕਿਆ। ਉਹਨਾਂ ਨੇ ਪਿਛਲੇ ਦਿਨੀ ਗੱਲ ਕਹੀ ਸੀ ਕਿ ਨਿਰਮਲਾ ਸੀਤਾਰਮਨ ਨੂੰ ਇਸ ਵਕਤ ਇਕਨੋਮਿਕਸ ਦੀ ਜਾਂ ਇਕੋਨਮੀ ਦੀ ਇੱਕ ਈ ਦਾ ਵੀ ਨਹੀਂ ਪਤਾ। ਕੋਈ ਕਾਂਗਰਸੀ ਕਹਿ ਰਿਹਾ ਕਿ ਨਿਰਮਲਾ ਸੀਤਾਰਮਨ ਨਹੀਂ ਨਿਰਮਲਾ ਸੀਤਾਰਮਨ ਹੈ, ਕੋਈ ਇਹ ਗੱਲ ਕਹਿ ਰਿਹਾ ਜੀ ਕਿ ਭਾਰਤ ਦੀ ਜਿੰਨੀ ਮਾੜੀ ਸਥਿਤੀ ਆਰਥਿਕ ਪੱਖੋਂ ਹੋ ਗਈ ਹੈ ਇਸ ਤੋਂ ਵੱਧ ਕਦੇ ਹੋਣੀ ਨਹੀਂ। ਸਭ ਦੇ ਆਪੋ ਆਪਣੇ ਵਿਚਾਰ ਹੈ, ਪਰ ਮੋਦੀ ਸਾਹਿਬ ਇਸ ਮਾਮਲੇ ਦੇ ਉੱਤੇ ਬਿਲਕੁਲ ਚੁੱਪ ਹੈ। ਅਮਿਤ ਸ਼ਾਹ ਹੋਰੀ ਕਹਿੰਦੇ ਵੀ ਉਤਰਾਅ ਚੜ੍ਹਾਅ ਆਉਂਦਾ ਰਹਿੰਦਾ, ਪਰ ਜਿੰਨਾ ਇਸ ਵਕਤ ਉਤਰਾਅ ਆਇਆ ਇਹਨੂੰ ਕਦੇ ਚੜ੍ਹਾਅ ਦੇ ਰੂਪ ਦੇ ਵਿੱਚ ਵੀ ਦੇਖਾਂਗੇ ਅਤੇ ਕਦੋਂ ਦੇਖਾਂਗੇ, ਇਹ ਇੱਕ ਬਹੁਤ ਵੱਡਾ ਸਵਾਲ ਆ। ਲੋਕਾਂ ਦੇ ਮਨ ਵਿੱਚ 100 ਕਿਸਮ ਦੇ ਸਵਾਲ ਪੈਦਾ ਹੁੰਦੇ ਆ, ਪ੍ਰਸ਼ਨ ਆ ਜਿਨ੍ਹਾਂ ਦੇ ਕੋਈ
ਨਿਰਮਲਾ ਸੀਤਾਰਮਨ ਹੋਰਾਂ ਨੂੰ ਕਿੰਨੀ ਕੁ ਜਾਣਕਾਰੀ ਆ ਅਰਥ ਵਿਵਸਥਾ ਦੀ, ਅਸੀਂ ਇਸ ਪ੍ਰਸੰਗ ਦੇ ਵਿੱਚ ਨਹੀਂ ਜਾਣਾ, ਪਰ ਜੋ ਹਾਲ ਇਸ ਵਕਤ ਕੇਂਦਰ ਦਾ ਉਹੀ ਹਾਲ ਇਸ ਵਕਤ ਪੰਜਾਬ ਸੂਬੇ ਦਾ। ਪੰਜਾਬ ਦੇ ਵਿੱਚ ਹਾਲਾਤ ਇਹ ਹੈ ਵੀ 540 ਕਰੋੜ ਰੁਪਈਆ ਖਜ਼ਾਨੇ ਵਿੱਚ ਹੈ, 35,000 ਦੀਆਂ ਦੇਣਦਾਰੀਆਂ। ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਪੰਜਾਬ ਸੂਬੇ ਦੇ ਉੱਤੇ 2,13,000 ਕਰੋੜ ਰੁਪਈਏ ਦਾ ਕਰਜ਼ਾ, 4700 ਕਰੋੜ ਰੁਪਈਏ ਤੋਂ ਵੱਧ ਦਾ ਹਰ ਸਾਲ ਵਿਆਜ ਦੇਣਾ ਪੈਂਦਾ। ਹਾਲੇ ਅਸੀਂ ਖੁਸ਼ਹਾਲ ਪੰਜਾਬ ਦੇ ਵਾਸੀ ਹਾਂ। ਮੈਂ ਇੱਕ ਦਿਨ ਸੋਚ ਰਿਹਾ ਸੀ ਵੀ ਜੇਕਰ ਕਿਸੇ ਸਧਾਰਨ ਬੰਦੇ ਦੇ ਉੱਤੇ 50,000 ਰੁਪਈਏ ਦਾ ਕਰਜ਼ਾ ਹੋਵੇ, ਉਸ ਬੰਦੇ ਨੂੰ ਨੀਂਦ ਨਹੀਂ ਆਉਂਦੀ, ਉਹ ਉਬੜਵਾਈ ਉੱਠਦਾ ਰਾਤ ਨੂੰ ਵੀ ਆਹ ਕੀ ਬਣ ਗਿਆ ਮੇਰੇ ਨਾਲ, ਮੈਂ ਵਿਆਜ ਕਿਵੇਂ ਮੋੜੂੰ, ਮੈਂ ਮੂਲ ਕਿਵੇਂ ਮੋੜੂੰ। ਜਿਹੜੇ ਸੂਬੇ ਦੇ ਸਿਰ ਦੇ ਉੱਤੇ 2,25,000 ਕਰੋੜ ਰੁਪਈਏ ਦਾ ਕਰਜ਼ਾ ਹੋਵੇ, ਉੱਥੋਂ ਦੇ ਮੁੱਖ ਮੰਤਰੀ ਸਾਹਿਬ, ਵਿੱਤ ਮੰਤਰੀ ਸਾਹਿਬ ਪਤਾ ਨਹੀਂ ਕਿਵੇਂ ਸੌਂ ਜਾਂਦੇ ਹੋਣਗੇ, ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ। ਸੋ ਪੰਜਾਬ ਦੇ ਸਿਰ ਜੋ ਚੜਿਆ ਹੋਇਆ ਕਰਜ਼ਾ ਇਹ ਲੱਥ ਜਾਵੇ, ਅਸੀਂ ਇਸ ਗੱਲ ਦੀ ਕਾਮਨਾ ਕਰਦੇ ਹਾਂ। ਪੰਜਾਬ ਦੀ ਸਰਕਾਰ ਸਹੀ ਤਰੀਕੇ ਨਾਲ ਵਸੀਲੇ ਪੈਦਾ ਕਰੇ ਆਮਦਨ ਦੇ, ਅਸੀਂ ਇਸ ਗੱਲ ਦੀ ਵੀ ਕਾਮਨਾ ਕਰਦੇ ਹਾਂ। ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਸਾਰੇ ਵਾਅਦੇ ਪੂਰੇ ਹੋ ਜਾਣ, ਇਸ ਗੱਲ ਦੀ ਅਸੀਂ ਬੇਨਤੀ ਕਰਦੇ ਹਾਂ, ਅਤੇ ਪੰਜਾਬ ਦੀ ਸਰਕਾਰ ਆਪਣੇ ਖਰਚੇ ਵੀ ਘਟਾਵੇ, ਇਸ ਗੱਲ ਦੀ ਅਸੀਂ ਆਸ ਕਰਦੇ ਹਾਂ। ਅੱਗੇ ਕੱਲ੍ਹ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਵੱਲੋਂ ਲੋਕ ਸਭਾ ਦੇ ਵਿੱਚ ਇੱਕ ਮੁੱਦਾ ਚੁੱਕਿਆ ਗਿਆ ਸੀ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਭਰ ਦੀ ਕੈਦ ਦੇ ਵਿੱਚ ਕਿਉਂ ਬਦਲ ਦਿੱਤਾ ਗਿਆ। ਅਮਿਤ ਸ਼ਾਹ ਹੋਰਾਂ ਦੇ ਵੱਲੋਂ ਉੱਤਰ ਦਿੱਤਾ ਗਿਆ ਕਿ ਬਿਲਕੁਲ ਨਹੀਂ ਸਜ਼ਾ ਘਟਾਈ ਜਾਂ ਮੁਕਾਈ, ਇਹਨੂੰ ਐਵੇਂ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ, ਇੱਦਾਂ ਦੀ ਗੱਲ ਕੋਈ ਨਹੀਂ। ਰਵਨੀਤ ਬਿੱਟੂ ਹੋਰੀ ਬਾਗੋ ਬਾਗ ਹੈ, ਪਰ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਇਸ ਵਕਤ ਨਿਰਾਸ਼ ਹੈ। ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜੀ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਜੋ ਇਹ ਕੁਝ ਕਿਹਾ ਗਿਆ ਇਹਦੇ ਪਿੱਛੇ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿਹੜੇ ਸਿੱਖ ਕੈਦੀਆਂ ਦੀ ਰਿਹਾਈ ਵਾਸਤੇ ਸੂਚੀ ਭੇਜਣੀ ਸੀ ਉਹਦੇ ਵਿੱਚ ਬਲਵੰਤ ਸਿੰਘ ਰਾਜੋਆਣੇ ਦਾ ਨਾਂ ਹੀ ਨਹੀਂ ਸ਼ਾਮਿਲ ਕੀਤਾ, ਜਿਹਦੇ ਕਰਕੇ ਕੇਂਦਰ ਦੇ ਵੱਲੋਂ ਉਹਨਾਂ ਦੀ ਸਜ਼ਾ ਨੂੰ ਘਟਾਇਆ ਨਹੀਂ ਗਿਆ ਜਾਂ ਮਾਫ਼ ਨਹੀਂ ਕੀਤਾ ਗਿਆ, ਇਹਦੇ ਲਈ ਕੈਪਟਨ ਸਰਕਾਰ ਸਭ ਤੋਂ ਵੱਧ ਕਸੂਰਵਾਰ ਹੈ। ਕੀ ਤੁਹਾਡੀ ਨਜ਼ਰ ਦੇ ਵਿੱਚ ਕੈਪਟਨ ਸਰਕਾਰ ਕਸੂਰਵਾਰ ਹੈ, ਜਾਂ ਕੀ ਰਾਜੋਆਣਾ ਹੋਰਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਜਾਂ ਇਸ ਮਸਲੇ ਦੇ ਉੱਤੇ ਕੀ ਕਿਸੇ ਦੇ ਵਿਚਾਰ ਹੈ, ਇਹਦੇ ਬਾਬਤ ਕੁਝ ਕਹਿ ਨਹੀਂ ਸਕਦੇ, ਸਭ ਦੇ ਆਪੋ ਆਪਣੇ ਅਣਮੁੱਲੇ ਵਿਚਾਰ ਹੁੰਦੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੇਂਦਰ ਸਰਕਾਰ ਨੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮਾਫ਼ੀ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਦੇ ਵਿੱਚ ਬੀਜੇਪੀ ਦੇ ਭਾਈਵਾਲ, ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਵਿਰੋਧ ਤਾਂ ਕੀਤਾ ਹੈ, ਪਰ ਸਾਰੇ ਦਾ ਸਾਰਾ ਭਾਂਡਾ ਜਿਹੜਾ ਉਹ ਉਹਨਾਂ ਦੇ ਵੱਲੋਂ ਕੈਪਟਨ ਸਰਕਾਰ ਦੇ ਸਿਰ ਭੰਨ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਨਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਨਾਲ ਸਿੱਖਾਂ ਦੇ ਮਨਾਂ ਦੇ ਉੱਤੇ ਸੱਟ ਵੱਜੀ ਹੈ, ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਸਭ ਕੁਝ ਦੇ ਲਈ ਕੈਪਟਨ ਦੀ ਸਰਕਾਰ ਹੀ ਜ਼ਿੰਮੇਵਾਰ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮੁੱਦੇ ਦੇ ਉੱਤੇ ਦੋਗਲੀ ਨੀਤੀ ਅਪਣਾਈ ਹੈ। ਉਹਨਾਂ ਨੇ ਕਿਹਾ ਕਿ ਇਸ ਦੋਗਲੀ ਨੀਤੀ ਦੇ ਕਰਕੇ ਹੀ ਕੇਂਦਰ ਦਾ ਫੈਸਲਾ ਪ੍ਰਭਾਵਿਤ ਹੋਇਆ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਤਿਆਰ ਕੀਤੀ ਉਹਨਾਂ ਸਿੱਖ ਕੈਦੀਆਂ ਦੀ ਸੂਚੀ ਦੇ ਵਿੱਚ ਬਲਵੰਤ ਸਿੰਘ ਰਾਜੋਆਣੇ ਦਾ ਨਾਂ ਪਾਇਆ ਹੀ ਨਹੀਂ, ਜਿਹੜੇ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਕਿ ਸਜ਼ਾ ਮੁਆਫ਼ੀ ਲਈ ਭਾਈ ਰਾਜੋਆਣਾ ਦੇ ਨਾਂ ਦੀ ਸਿਫਾਰਸ਼ ਕਿਉਂ ਨਹੀਂ ਕੀਤੀ ਗਈ। ਚੇਤੇ ਰਹੇ ਕਿ ਲੰਘੇ ਕੱਲ੍ਹ ਸੰਸਦ ਦੇ ਵਿੱਚ ਗ੍ਰਹਿ ਮੰਤਰੀ ਨੇ ਸਪਸ਼ਟ ਕੀਤਾ ਸੀ ਕਿ ਰਾਜੋਆਣਾ ਦੀ ਸਜ਼ਾ ਮਾਫ਼ ਨਹੀਂ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਦੇ ਉੱਤੇ ਬੇਹੱਦ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਕਿ ਕੇਂਦਰੀ ਮੰਤਰੀ ਦਾ ਬਿਆਨ ਸਿੱਖਾਂ ਨੂੰ ਤਕਲੀਫ਼ ਪਹੁੰਚਾਉਣ ਵਾਲਾ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਇਸ ਬਿਆਨ ਨੂੰ ਸਿੱਖਾਂ ਨਾਲ ਵੱਡੀ ਬੇਇਨਸਾਫ਼ੀ ਕਰਾਰ ਦਿੱਤਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ, ਇਹ ਪ੍ਰਤੀਕਿਰਿਆ ਦੇਣੀ ਵੀ ਬਣਦੀ ਸੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਮੀਡੀਆ ਦੇ ਵਿੱਚ ਇਹ ਖਬਰਾਂ ਸੁਰਖੀਆਂ ਦੇ ਆਧਾਰ ਦੇ ਉੱਤੇ ਆਈਆਂ ਕਿ ਰਾਜੋਆਣਾ ਦੀ ਵੀ ਸਜ਼ਾ ਜਿਹੜੀ ਉਹ ਘਟਾ ਦਿੱਤੀ ਗਈ ਹੈ, ਫਾਂਸੀ ਤੋਂ ਉਮਰ ਭਰ ਦੀ ਕੈਦ ਕਰ ਦਿੱਤੀ ਗਈ ਹੈ। ਪਰ ਹੁਣ ਜਦੋਂ ਅਚਾਨਕ ਲੋਕ ਸਭਾ ਦੇ ਵਿੱਚ ਅਮਿਤ ਸ਼ਾਹ ਨੇ ਇਹਦੇ ਉੱਤੇ ਸਪਸ਼ਟੀਕਰਨ ਦਿੱਤਾ, ਉਹਨਾਂ ਨੇ ਜਦੋਂ ਸਭ ਦੀ ਸ਼ੰਕਾ ਨਿਵਿਰਤੀ ਕਰ ਦਿੱਤੀ ਕਿਉਂਕਿ ਕਈ ਲੋਕ ਸ਼ੰਕਿਆਂ ਦੇ ਵਿੱਚ ਸੀ, ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਸ ਮਸਲੇ ਦੇ ਉੱਤੇ ਕਾਫੀ ਤੱਤੀ ਭਾਰੀ ਰਾਜਨੀਤੀ ਹੋਈ ਹੈ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਆਉਂਦੇ ਦਿਨਾਂ ਦੇ ਵਿੱਚ ਕੇਂਦਰ ਦੇ ਮੰਤਰੀਆਂ ਨੂੰ ਮਿਲਾਂਗੇ, ਅਮਿਤ ਸ਼ਾਹ ਹੋਰਾਂ ਨੂੰ, ਨਰਿੰਦਰ ਮੋਦੀ ਸਾਹਿਬ ਨੂੰ ਅਸੀਂ ਮਿਲ ਕੇ ਅਤੇ ਇਹ ਗੱਲ ਕਹਾਂਗੇ ਕਿ ਇੱਦਾਂ ਨਹੀਂ ਕਰਨਾ ਚਾਹੀਦਾ। ਰਾਜੋਆਣਾ ਹੋਰਾਂ ਨੂੰ 30 ਵਰ੍ਹੇ ਹੋ ਗਏ ਆ ਜੇਲ੍ਹ ਦੇ ਵਿੱਚ ਬੰਦ, ਇੱਕ ਵਾਰ ਵੀ ਪੈਰੋਲ ਨਹੀਂ ਮਿਲੀ, ਇਹ ਉਹਨਾਂ ਦੇ ਨਾਲ ਜ਼ਿਆਦਤੀ ਆ, ਮਨੁੱਖ ਦੇ ਨਾਂ ਦੇ ਉੱਤੇ ਇਹ ਜ਼ਿਆਦਤੀ ਆ। ਪਰ ਰਵਨੀਤ ਬਿੱਟੂ ਹੋਰੀ ਬਾਗੋ ਬਾਗ ਆ, ਉਹਨਾਂ ਨੇ ਕੱਲ੍ਹ ਇਹ ਗੱਲ ਕਹੀ ਸੀ ਕਿ ਜਿਹੜੇ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ ਰਾਜੋਆਣਾ ਦੀ ਸਜ਼ਾ ਮਾਫ਼ ਹੋ ਜਾਣੀ ਚਾਹੀਦੀ ਆ ਜਾਂ ਘਟਾ ਦੇਣੀ ਚਾਹੀਦੀ ਆ, ਉਹਨਾਂ ਦੇ ਟੱਬਰ ਨੇ ਜੀਆਂ ਨੂੰ ਜੇਕਰ ਬੰਬ ਨਾਲ ਉਡਾਇਆ ਹੁੰਦਾ ਤਾਂ ਕੀ ਉਹ ਫਿਰ ਵੀ ਕਹਿੰਦੇ ਵੀ ਭਾਈ ਇਸ ਤਰੀਕੇ ਦੇ ਨਾਲ ਸਜ਼ਾ ਘਟਾ ਦੇਣੀ ਚਾਹੀਦੀ ਆ, ਮਾਫ਼ ਕਰ ਦੇਣੀ ਚਾਹੀਦੀ ਹੈ। ਸੋ ਇਹਦੇ ਮਾਮਲੇ ਦੇ ਉੱਤੇ ਵੱਖ ਵੱਖ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਆ, ਵੱਖੋ ਵੱਖਰੀ ਪ੍ਰਤੀਕਿਰਿਆ, ਪਰ ਇਸ ਵਕਤ ਹੋਰ ਰਾਜਨੀਤੀਆਂ ਦੇ ਵਾਂਗ ਇਹ ਵੀ ਮਸਲਾ ਇੱਕ ਰਾਜਨੀਤੀ ਦਾ ਅੰਗ ਬਣਦਾ ਜਾ ਰਿਹਾ। ਆਉਂਦੇ ਦਿਨਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਕੀ ਬਣੂਗਾ ਕੁਝ ਕਹਿ
ਤੇ ਜਾਣੇ ਜਾਣੇ ਜੇਕਰ ਦੋਸਤੋ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਚੱਲ ਰਹੇ ਕਬੱਡੀ ਟੂਰਨਾਮੈਂਟਾਂ ਦੀ, ਤੇ ਪੰਜਾਬ ਸਰਕਾਰ ਦੇ ਵੱਲੋਂ ਇਹ ਕਬੱਡੀ ਟੂਰਨਾਮੈਂਟ ਕਰਵਾਏ ਜਾ ਰਹੇ ਆ। ਹੈਰਾਨੀ ਇਸ ਗੱਲ ਦੀ ਆ ਕਿ ਪੰਜਾਬ ਦੇ ਲੋਕਾਂ ਦੀ ਕੋਈ ਦਿਲਚਸਪੀ ਨਹੀਂ ਆ। ਜਿਹੜੇ ਪਹਿਲਾਂ ਸਰਕਾਰ ਕਰਵਾਉਂਦੀ ਹੁੰਦੀ ਸੀ, ਖਾਸ ਕਰਕੇ ਅਕਾਲੀ ਸਰਕਾਰ ਦਾ ਪਹਿਲਾ ਅਤੇ ਦੂਜਾ ਕਬੱਡੀ ਕੱਪ ਸੀ ਜਿਹੜਾ, ਉਹਦੇ ਵਿੱਚ ਲੋਕਾਂ ਦਾ ਬੇਹੱਦ ਉਤਸ਼ਾਹ ਸੀ। ਖਾਸ ਕਰਕੇ ਪਹਿਲੇ ਦੇ ਵਿੱਚ ਰਿਕਾਰਡ ਤੋੜ ਲੋਕਾਂ ਦਾ ਇਕੱਠ ਹੁੰਦਾ ਸੀ ਮੈਦਾਨ ਦੇ ਵਿੱਚ, ਪਰ ਉਸ ਤੋਂ ਬਾਅਦ ਅਕਾਲੀ ਸਰਕਾਰ ਦੇ ਮੌਕੇ ਵੀ ਇਹ ਜਿਹੜੇ ਕਬੱਡੀ ਕੱਪ ਆ ਇਹ ਆਪਣੀ ਪਛਾਣ ਆ ਜਿਹੜੀ ਗਵਾ ਗਏ, ਉਹ ਰਾਜਨੀਤੀ ਦੀ ਭੇਟ ਚੜ ਗਏ, ਇਹੋ ਜਿਹੀਆਂ ਖਬਰਾਂ ਆਉਂਦੀਆਂ ਰਹੀਆਂ। ਪਰ ਪੰਜਾਬ ਸਰਕਾਰ ਦਾ ਜਿਹੜਾ ਇਹ ਕਬੱਡੀ ਟੂਰਨਾਮੈਂਟ ਹੈ ਇਹਦੇ ਵੱਲ ਵੀ ਲੋਕਾਂ ਦੀ ਖਾਸੀ ਦਿਲਚਸਪੀ ਕੋਈ ਨਹੀਂ ਹੈ। ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਥਾਂ ਦੇ ਉੱਤੇ ਪੰਡਾਲ ਭਰਦਾ ਹੋਵੇ, ਮੈਦਾਨ ਭਰਦਾ ਹੋਵੇ। ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਪੰਜਾਬ ਦੇ ਲੋਕਾਂ ਨੂੰ ਇਸ ਵਕਤ ਮੰਗਾਂ ਮਨਵਾਉਣ ਦੀ ਲੋੜ ਹੈ। ਇੱਕ ਪਾਸੇ ਸਰਕਾਰ ਕਹਿੰਦੀ ਹੈ ਜੀ ਸਾਡੇ ਕੋਲ ਫੰਡ ਹੈ ਨਹੀਂ, ਅਸੀਂ ਕਰਜ਼ਦਾਰ ਹਾਂ, ਕੇਂਦਰ ਦੇ ਵੱਲੋਂ GST ਦਾ ਹਿੱਸਾ ਨਹੀਂ ਭੇਜਿਆ ਜਾ ਰਿਹਾ, ਇਸ ਕਰਕੇ ਤਨਖਾਹਾਂ ਭੱਤੇ ਪੈਨਸ਼ਨਾਂ ਨਹੀਂ ਦਿੱਤੀਆਂ ਜਾ ਰਹੀਆਂ, ਦੂਜੇ ਪਾਸੇ ਆਪਾਂ ਟੂਰਨਾਮੈਂਟ ਕਰਵਾਉਂਦੇ ਹਾਂ। ਇਹ ਤਾਂ ਉਹ ਗੱਲ ਹੋਈ ਵੀ ਕਿਸੇ ਨੇ ਕਿਹਾ ਸਾਨੂੰ ਰੁਜ਼ਗਾਰ ਚਾਹੀਦਾ, ਉਹ ਕਹਿੰਦੇ ਟੂਰਨਾਮੈਂਟ ਦੇਖ ਲਓ, ਉਹ ਕਹਿੰਦੇ ਜੀ ਸਾਨੂੰ ਤਾਂ ਇਸ ਵਕਤ ਪੈਨਸ਼ਨਾਂ ਚਾਹੀਦੀਆਂ, ਉਹ ਕਹਿੰਦੇ ਜੀ ਕੋਈ ਗੱਲ ਨਹੀਂ ਤੁਹਾਨੂੰ ਮੋਬਾਈਲ ਦੇਵਾਂਗੇ, ਪੁੱਛਿਆ ਕੁਛ ਜਾਂਦਾ ਦੱਸਿਆ ਕੁਛ ਜਾਂਦਾ। ਇਸ ਕਰਕੇ ਲੋਕਾਂ ਦੀ ਇਸ ਟੂਰਨਾਮੈਂਟ ਦੇ ਵਿੱਚ ਹਾਲ ਦੀ ਘੜੀ ਕੋਈ ਦਿਲਚਸਪੀ ਨਜ਼ਰ ਨਹੀਂ ਆ ਰਹੀ। ਬਾਕੀ ਆਉਂਦੇ ਸਮੇਂ ਦੇ ਵਿੱਚ ਦਿਲਚਸਪੀ ਬਣ ਜੇ ਕੁਝ ਕਹਿ ਨਹੀਂ ਸਕਦੇ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।